ਸਤਿ ਸ੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਖਬਰਾਂ ਲੈ ਕੇ ਅਸੀਂ ਹਾਜ਼ਰ ਹਾਂ ਜੀ, ਹਰ ਰੋਜ਼ ਦੀ ਤਰ੍ਹਾਂ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਹਿਣਾ ਜੀ ਦੇ ਨਾਲ। ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲ ਚਾਲ। ਟਹਿਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਅਰਵਿੰਦ ਕੇਜਰੀਵਾਲ ਹੋਰਾਂ ਦੀ। ਉਹਨਾਂ ਨੂੰ ਲੈ ਕੇ ਬੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਜ਼ਮਾਨਤ ਮਿਲ ਗਈ ਹੈ ਜੀ। ਬਿਲਕੁਲ ਜੀ ਬਿਲਕੁਲ, ਦੇਖੋ ਅਰਵਿੰਦ ਕੇਜਰੀਵਾਲ ਹੋਰੀ 2 ਜੂਨ ਤੋਂ ਜੇਲ੍ਹ ਦੇ ਵਿੱਚ ਫੇਰ ਸੀ, ਕਿਉਂਕਿ ਇਹਨਾਂ ਨੂੰ 21 ਦਿਨ ਦੀ ਪਹਿਲਾਂ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲਿਆ ਸੀ, ਜ਼ਮਾਨਤ ਮਿਲੀ ਸੀ ਪ੍ਰਚਾਰ ਕਰਨ ਦੇ ਲਈ। 1 ਜੂਨ ਨੂੰ ਵੋਟਾਂ ਪੈ ਗਈਆਂ ਸੀ, 7ਵੇਂ ਤੇ ਆਖਰੀ ਗੇੜ ਦੀਆਂ, ਜਿਹਦੇ ਵਿੱਚ ਪੰਜਾਬ ਵੀ ਸ਼ਾਮਿਲ ਸੀ, ਤੇ ਉਸ ਤੋਂ ਬਾਅਦ ਇਹਨਾਂ ਨੂੰ ਫੇਰ ਸਰੈਂਡਰ ਕਰਨਾ ਪੈਣਾ ਸੀ, ਤੇ 2 ਜੂਨ ਨੂੰ ਇਹਨਾਂ ਨੇ ਤਿਹਾੜ ਜੇਲ੍ਹ ਦੇ ਵਿੱਚ ਸਰੈਂਡਰ ਕੀਤਾ। ਉਦੋਂ ਤੋਂ ਲੈ ਕੇ ਯਾਨੀ ਕਿ 2 ਜੂਨ ਤੋਂ ਲੈ ਕੇ ਤੇ 19 ਤਰੀਕ ਤੱਕ, 20 ਤਰੀਕ ਤੱਕ ਇਹ ਲਗਾਤਾਰ ਜੇਲ੍ਹ ਦੇ ਵਿੱਚ ਰਹੇ ਆ, ਤੇ ਲੰਘੇ ਕੱਲ ਭਾਰਤੀ ਸਮੇਂ ਦੇ ਮੁਤਾਬਕ ਸ਼ਾਮੀ 8 ਵਜੇ ਦੇ ਕਰੀਬ ਦੀ ਗੱਲ ਆ ਜਦੋਂ ਇਹਨਾਂ ਨੂੰ ਜ਼ਮਾਨਤ ਦੇ ਆਰਡਰ ਹੋ ਗਏ ਆ। ਪਰ ਕਹਿੰਦੇ ਵੀ ਈਡੀ ਦੇ ਵੱਲੋਂ ਇਸ ਜ਼ਮਾਨਤ ਦੇ ਆਰਡਰ ਦੇ ਉੱਤੇ ਆਪਦਾ ਇਤਰਾਜ਼ ਵੀ ਪ੍ਰਗਟਾਇਆ ਗਿਆ ਤੇ ਇਹ ਗੱਲ ਕਹੀ ਆ ਕਿ ਭਾਈ ਇਹਦੇ ਉੱਤੇ ਸਟੇਅ ਲਾਇਆ ਜਾਵੇ, ਪਰ ਅਦਾਲਤ ਨੇ ਦਿੱਲੀ ਰਾਊਜ਼ ਐਵੀਨਿਊ ਕੋਰਟ ਨੇ ਇਸ ਗੱਲ ਦੇ ਉੱਤੇ ਸਟੇਅ ਨਹੀਂ ਲਾਇਆ ਤੇ ਜਿਹੜੇ ਕੇਜਰੀਵਾਲ ਹੋਰੀ ਆ ਇਹਨਾਂ ਨੂੰ ਜ਼ਮਾਨਤ ਮਿਲ ਗਈ ਆ। ਕੇਜਰੀਵਾਲ ਹੋਰੀ ਰਾਤ ਦੇ ਵੇਲੇ ਬਾਹਰ ਨਹੀਂ ਆਏ, ਅੱਜ ਮੇਰਾ ਖਿਆਲ ਵੀ ਸ਼ੁੱਕਰਵਾਰ ਨੂੰ ਦੁਪਹਿਰ ਦੇ ਵੇਲੇ ਜਾਂ ਆਥਣ ਦੇ ਵੇਲੇ ਤੱਕ ਉਹ ਬਾਹਰ ਆ ਜਾਣਗੇ। ਪਰ ਗੱਲ ਇਹ ਜੀ ਕਿ ਕੁਝ ਕੁ ਕਾਗਜ਼ੀ ਪੱਤਰੀ ਕਾਰਵਾਈਆਂ ਹੁੰਦੀਆਂ, ਕੁਝ ਕੁ ਫਾਰਮੈਲਿਟੀ ਹੁੰਦੀਆਂ, ਮੇਰਾ ਖਿਆਲ ਆ ਵੀ ਉਹ ਪੂਰੀਆਂ ਕਰਨ ਦੇ ਲਈ ਉਹਨਾਂ ਨੂੰ ਉੱਥੇ ਹਲੇ ਰਹਿਣਾ ਪਊਗਾ ਕੁਝ ਘੰਟੇ ਹੋਰ। ਪਰ ਉਸ ਤੋਂ ਅਗਲੀ ਗੱਲ ਇਹ ਆ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਸ਼ੰਸਕ ਆ, ਜਿਹੜੇ ਸ਼ੁਭਚਿੰਤਕ, ਉਹ ਬਾਗੀਆਂ ਪਾਉਂਦੇ ਆ, ਉਹ ਪਟਾਕੇ ਚਲਾਉਂਦੇ, ਉਹਨਾਂ ਨੇ ਭੰਗੜੇ ਪਾਏ ਲੰਘੇ ਕੱਲ, ਉਹ ਕਹਿੰਦੇ ਵੀ ਸੱਚ ਦੀ ਜਿੱਤ ਹੋਈ ਹੈ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ। ਜ਼ਿਆਰਤੀ ਕੀਤੀ ਜਾ ਰਹੀ ਸੀ, ਧੱਕਾ ਕੀਤਾ ਗਿਆ ਸੀ, ਪਰ ਹੁਣ ਸਭ ਕੁਝ ਸਭ ਸਾਹਮਣੇ ਆ ਗਿਆ। ਭਗਵੰਤ ਮਾਨ ਨੇ ਵੀ ਟਵੀਟ ਕਰਕੇ ਗੱਲ ਕਹੀ ਹੈ ਕਿ ਕੇਜਰੀਵਾਲ ਜੀ ਜਿਹੜੇ ਕਿ ਬਹੁਤ ਇਮਾਨਦਾਰ ਨੇਤਾ, ਜਿਹਨਾਂ ਨਾਲ ਜ਼ਿਆਰਤੀ ਕੀਤੀ ਗਈ ਸੀ, ਉਹ ਭਾਈ ਹੁਣ ਵਾਪਸ ਆ ਰਹੇ ਆ। ਫਿਰ ਅਨਮੋਲ ਗਗਨਮਾਨ ਨੇ, ਬਾਕੀ ਜਿਹੜੇ ਹੋਰ ਵੱਖ ਵੱਖ ਨੇਤਾ ਪੰਜਾਬ ਦੇ, ਦਿੱਲੀ ਦੇ, ਹੋਰ ਸੂਬਿਆਂ ਦੇ, ਉਹਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈਗਾ, ਯਾਨੀ ਕਿ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਜ਼ਮਾਨਤ ਮਿਲੀ ਆ ਉਹਦੇ ਉੱਤੇ ਖੁਸ਼ ਹੋਣਾ ਸੁਭਾਵਿਕ ਵੀ ਸੀਗਾ, ਉਹ ਖੁਸ਼ ਹੋਏ ਵੀ ਆ। ਸੋ ਵੇਹਨੇ ਵੀ ਭਾਈ ਹੁਣ ਕੀ ਹੁੰਦਾ, ਪਰ ਇਹ ਉਹ ਵੇਲਾ ਜਦੋਂ ਅਰਵਿੰਦ ਕੇਜਰੀਵਾਲ ਦੇ ਮੂਹਰੇ ਪਾਣੀ ਵਾਲੇ ਟੈਂਕਰਾਂ ਦੀ ਇੱਕ ਬਹੁਤ ਵੱਡੀ ਸਮੱਸਿਆ। ਦਿੱਲੀ ਦੇ ਵਿੱਚ ਨਾ ਅਸਲ ਦੇ ਵਿੱਚ ਹਰਮਨ ਜੀ ਪਾਣੀ ਵਾਲਾ ਮਾਫੀਆ ਕੰਮ ਕਰਦਾ, ਉਹ ਪਾਣੀ ਵਾਲੇ ਟੈਂਕਰ ਆ ਜਿਹੜੇ ਵਿਕਦੇ ਆ। ਜਿਹੜਾ ਪਾਣੀ ਵਾਲਾ ਟੈਂਕਰ ਪਹਿਲਾਂ ਮਿਲਦਾ ਹੁੰਦਾ ਸੀਗਾ 1500 ਚ 2000 ਚ, ਉਹ ਅੱਜ ਕੱਲ੍ਹ ਗਰਮੀ ਹੋਣ ਕਰਕੇ 6-6 ਹਜ਼ਾਰ ਰੁਪਏ ਦੇ ਵਿੱਚ, 7-7 ਹਜ਼ਾਰ ਰੁਪਏ ਚ ਵਿਕਦਾ। ਸੋ ਇਸ ਹਾਲਾਤ ਦੇ ਵਿੱਚ ਦਿੱਲੀ ਦੇ ਲੋਕ ਬਹੁਤ ਮੁਸ਼ਕਲ ਦੇ ਵਿੱਚ ਹੈਗੇ ਆ। ਸੁਪਰੀਮ ਕੋਰਟ ਨੇ ਸੂਬੇ ਦੀ ਸਰਕਾਰ ਨੂੰ ਝਾੜ ਪਾਈ ਹੈ, ਦਿੱਲੀ ਦੀ ਸਰਕਾਰ ਨੂੰ, ਵੀ ਤੁਸੀਂ ਮਾਫੀਆ ਤੋਂ, ਪਾਣੀ ਮਾਫੀਆ ਤੋਂ ਬਚਾਉਣ ਲਈ ਲੋਕਾਂ ਨੂੰ ਕਰਦੇ ਕੀ ਆ। ਸੋ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਕਿ ਇਸ ਵੇਲੇ ਦਿੱਲੀ ਦੇ ਵਿੱਚ ਵੀ ਹੈਗੀਆਂ, ਤੇ ਦਿੱਲੀ ਦੇ ਮੁੱਖ ਮੰਤਰੀ ਹੁਣ ਜਦੋਂ ਅੱਜ ਬਾਹਰ ਆ ਜਾਣਗੇ ਇਹਨਾਂ ਸਮੱਸਿਆਵਾਂ ਦਾ ਹੱਲ ਕਿਵੇਂ ਕੱਢਦੇ, ਸਮਾਂ ਦੱਸੂਗਾ ਜੀ। ਜੀ ਬਿਲਕੁਲ ਸਹੀ ਕਹਿਣਾ ਸਾਹਿਬ। ਤੇ ਇੱਕ ਹੋਰ ਬੜੀ ਵੱਡੀ ਖਬਰ ਸਾਹਮਣੇ ਆਈ ਹੈ ਜੀ, ਕਹਿੰਦੇ ਹੈ ਕਿ 6 ਰਾਜਾਂ ਦੀਆਂ 8 ਲੋਕ ਸਭਾ ਸੀਟਾਂ ਦੀ ਹੁਣ EVM ਦੀ ਚੈਕਿੰਗ ਹੋਣੀ ਹੈ ਜੀ, ਕੋਈ ਸ਼ੱਕ ਪਾਇਆ ਗਿਆ? ਬਿਲਕੁਲ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਵੀ ਕੋਈ ਚੋਣਾਂ ਹੁੰਦੀਆਂ ਉਹ ਭਾਵੇਂ ਕਿਤੇ ਵੀ ਹੋਣ, ਤੇ ਉਦੋਂ ਜਿਹੜੀਆਂ ਵਿੱਚ ਗੜਬੜੀ ਦੀਆਂ ਖਬਰਾਂ ਆਉਂਦੀਆਂ, ਗੜਬੜੀ ਦੀਆਂ ਖਬਰਾਂ ਆਈ ਜਾਂਦੀਆਂ ਰਹਿੰਦੀਆਂ ਬਈ ਇਹਦੇ ਵਿੱਚ ਵੀ ਹੇਰਾ ਫੇਰੀ ਹੁੰਦੀ ਹੈ, ਇਹਦੇ ਵਿੱਚ ਹੇਰਾ ਫੇਰੀ ਹੋ ਗਈ ਹੈ, ਇਹਦੇ ਵਿੱਚ ਆਹ ਹੋ ਗਿਆ, ਇਹਦੇ ਵਿੱਚ ਉਹ ਹੋ ਗਿਆ। ਪਰ ਮਾਣਯੋਗ ਸੁਪਰੀਮ ਕੋਰਟ ਨੇ, ਚੋਣ ਕਮਿਸ਼ਨ ਨੇ ਸਮੇਂ ਸਮੇਂ ਤੇ ਗੱਲ ਕਹੀ ਕਿ ਭਾਈ ਸਾਬਤ ਕਰਕੇ ਦਿਖਾਓ ਵੀ ਭਾਈ ਇਹਦੇ ਵਿੱਚ ਗੜਬੜੀ ਹੁੰਦੀ ਹੈ, EVM ਦੇ ਵਿੱਚ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਵਿੱਚ ਕਿਹੜੀ ਗੜਬੜੀ ਹੁੰਦੀ, ਸਾਨੂੰ ਸਾਬਤ ਕਰਕੇ ਦਿਖਾਓ। ਪਰ ਸਾਬਤ ਹਾਲੇ ਤੱਕ ਹੋਇਆ ਨਹੀਂ। ਆਹ ਹੁਣ ਕੁਛ ਦਿਨ ਪਹਿਲਾਂ ਜਿਹੜੇ ਟੈਸਲਾ ਦੇ ਮਾਲਕ ਆ ਐਲਨ ਮਸਕ, ਜਿਹੜੇ ਕਿ ਦੁਨੀਆ ਭਰ ਦੇ ਵਿੱਚ ਸਭ ਤੋਂ ਮੋਹਰਲਿਆਂ ਦੇ ਵਿੱਚ ਹੈ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ,
ਉਹਨਾਂ ਨੇ ਵੀ ਇਹ ਗੱਲ ਕਹਿਤੀ ਸੀ। ਉਹ ਕਹਿੰਦੇ ਜੀ ਮਨੁੱਖ ਦੇ ਵੱਲੋਂ ਈਵੀਐਮ ਨੂੰ ਹੈਕ ਕੀਤੇ ਜਾਣ ਦੀ ਸੰਭਾਵਨਾ ਹੈ, ਹੈਕ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਇਹ ਰੌਲਾ ਫਿਰ ਵੱਧ ਗਿਆ ਤੇ ਹੁਣ ਪਤਾ ਲੱਗਾ ਜੀ ਕਿ ਇਸ ਮਾਮਲੇ ਦੇ ਉੱਤੇ ਵੀ ਭਾਈ 8 ਸੀਟਾਂ ਦੇ ਉੱਤੇ ਨਵੀਂ ਖ਼ਬਰ ਆ ਗਈ ਆ। ਉਹ ਜਿਹੜੀਆਂ 8 ਸੀਟਾਂ ਦੇ ਵਿੱਚ 2 ਸੀਟਾਂ ਹੈਗੀਆਂ ਹਰਿਆਣੇ ਦੀਆਂ ਤੇ ਕੁਝ ਕੁ ਹੋਰ ਥਾਵਾਂ ਦੀਆਂ, ਵੀ ਉਹਨਾਂ ਦੇ ਵਿੱਚ ਈਵੀਐਮ ਦੇ ਅੰਦਰ ਗੜਬੜੀ ਹੋਈ ਆ ਵੋਟਾਂ ਦੀ ਗਿਣਤੀ ਦੇ ਮੌਕੇ। ਇਹ 8-9 ਥਾਵਾਂ ਤੋਂ ਸ਼ਿਕਾਇਤਾਂ ਮਿਲੀਆਂ ਸੀਗੀਆਂ ਜਿਹੜੇ ਹਾਰੇ ਹੋਏ ਉਮੀਦਵਾਰ ਉਹਨਾਂ ਦੀਆਂ, ਤੇ ਚੋਣ ਕਮਿਸ਼ਨ ਦੇ ਵੱਲੋਂ ਇਸ ਗੱਲ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਆ ਵੀ ਇਹਨਾਂ 8 ਲੋਕ ਸਭਾ ਸੀਟਾਂ ਜਿਹਦੇ ਵਿੱਚ ਇੱਕ ਮਨੋਹਰ ਲਾਲ ਖੱਟੜ ਵਾਲੀ ਕਰਨਾਲ ਦੀ ਸੀਟ ਵੀ ਆ ਹਰਿਆਣੇ ਦੀ, ਵੀ ਉਹਦੇ ਸਮੇਤ ਬਾਕੀ ਹੋਰ 7 ਸੀਟਾਂ ਦੀਆਂ ਜਿਹੜੀਆਂ ਈਵੀਐਮ ਵਰਤੀਆਂ ਗਈਆਂ ਉਹਨਾਂ ਦੀ ਪੜਤਾਲ ਕੀਤੀ ਜਾਵੇ, ਮਾਈਕਰੋਚਿਪ ਤੇ ਕੁਝ ਕੁ ਹੋਰ ਜਿਹੜੇ ਪੁਰਜੇ ਆ ਉਹਨਾਂ ਦੀ ਪੜਤਾਲ ਕੀਤੀ ਜਾਵੇ ਵੀ ਭਾਈ ਇਹਨਾਂ ਦੇ ਵਿੱਚ ਕੋਈ ਗੜਬੜੀ ਸੀ ਕਿ ਨਹੀਂ ਸੀ। ਸੋ ਦੇਖੋ ਇਹ ਸਮੇਂ ਸਮੇਂ ਦੇ ਉੱਤੇ ਵਿਚਾਰ ਉੱਠਦੇ ਰਹੇ ਵੀ ਈਵੀਐਮ ਦੇ ਵਿੱਚ ਗੜਬੜੀ ਹੁੰਦੀ ਘਪਲਾ ਹੁੰਦਾ। ਮੈਨੂੰ ਚੰਗੀ ਤਰ੍ਹਾਂ ਯਾਦ ਆ ਵੀ ਜਦੋਂ ਈਵੀਐਮ ਜਿਹੜੀ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਸ਼ੁਰੂਆਤ ਹੋਈ ਸੀ ਉਦੋਂ ਤਰਕ ਇਹ ਪੇਸ਼ ਕੀਤਾ ਗਿਆ ਸੀਗਾ ਜੀ ਕਿ ਭਾਰਤ ਦੇ ਵਿੱਚ ਚੋਣਾਂ ਦੀ ਜਿਹੜੀ ਗਿਣਤੀ ਆ ਤੇ ਵੋਟਾਂ ਦੀ ਗਿਣਤੀ ਆ ਜਿਹੜੀ ਉਹ ਵੇਲੇ ਸਿਰ ਕਰਨ ਦੇ ਲਈ ਤੇ ਇਹ ਸਾਰਾ ਕੁਝ ਕੀਤਾ ਜਾਣਾ ਚਾਹੀਦਾ। ਪਰ ਉਸ ਵੇਲੇ ਇਹ ਵੀ ਗੱਲ ਕਹੀ ਗਈ ਸੀ ਕਿ ਜੇਕਰ ਗਿਣਤੀ ਅਸੀਂ ਛੇਤੀ ਕਰਨੀ ਹੈ ਤਾਂ ਫਿਰ ਸਾਨੂੰ ਇਹ ਈਵੀਐਮ ਦੀ ਵਰਤੋਂ ਕਰਨੀ ਚਾਹੀਦੀ ਹੈ, ਬੈਲਟ ਪੇਪਰ ਦੇ ਉੱਤੇ ਗਿਣਤੀ ਛੇਤੀ ਨਹੀਂ ਹੁੰਦੀ। ਪਰ ਉਸ ਤੋਂ ਬਾਅਦ ਖ਼ਬਰ ਇਹ ਆ ਗਈ ਜੀ ਕਿ ਜਿਹੜੀ ਆਪਾਂ ਗਿਣਤੀ ਕਰਦੇ ਜਿਵੇਂ ਅੱਜ ਵੋਟਾਂ ਪੈ ਗਈਆਂ, ਕਹਿ ਦਿੰਦੇ ਜੀ 10 ਦਿਨ ਬਾਅਦ ਹੁਣ ਇਹਦੀ ਗਿਣਤੀ ਹੋਊਗੀ ਤੇ ਗੱਲ ਤਾਂ ਫਿਰ ਉੱਥੇ ਹੀ ਆ ਗਈ। ਜਦੋਂ ਗਿਣਤੀ ਸ਼ੁਰੂ ਹੁੰਦੀ ਉਦੋਂ 4 ਘੰਟੇ 'ਚ ਹੋ ਜਾਂਦੀ ਹੈ ਤੇ ਜਦੋਂ ਨਹੀਂ ਹੁੰਦੀ ਤੇ ਉਦੋਂ 10 ਦਿਨ ਦਾ ਗੈਪ ਪੈ ਜਾਂਦਾ, ਇਹਦੇ ਪਿੱਛੇ ਕਾਰਨ ਕੀ ਆ? ਸੋ ਐਲਨ ਮਸਕ ਦੇ ਵੱਲੋਂ ਜਿਹੜੇ ਫਿਰ ਵਿਚਾਰ ਪ੍ਰਗਟਾਏ ਗਏ ਆ ਤੇ ਉਹਨਾਂ ਦੇ ਬਾਰੇ ਖ਼ਬਰ ਇਹ ਆਈ ਆ ਕਿ ਭਾਈ ਇਹਨਾਂ ਨੇ ਹੁਣ ਇੱਕ ਵਾਰੀ ਚੈਕਿੰਗ ਦੀ ਗੱਲ ਕੀਤੀ ਆ, ਇਹ ਹੁਣ ਚੈਕਿੰਗ ਦੇ ਵਿੱਚੋਂ ਕੀ ਨਿਕਲਦਾ, ਈਵੀਐਮ ਦੇ ਵਿੱਚ ਸੱਚੀ ਮੁੱਚੀ ਗੜਬੜੀ ਹੈ ਜਾਂ ਨਹੀਂ ਹੈ, ਇਹ ਹੁਣ ਸਮਾਂ ਦੱਸੂਗਾ ਜੀ। ਜੀ ਬਿਲਕੁਲ ਸਹੀ ਕਹਿੰਦੇ ਸਾਹਿਬ, ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਹੁਣ ਲੋਡੂਵਾਲ ਵਾਲੇ ਟੋਲ ਪਲਾਜ਼ੇ ਦੀ। 5ਵੇਂ ਦਿਨ ਵੀ ਕਹਿੰਦੇ ਬੰਦ ਰਿਹਾ ਜੀ ਉਹ ਟੋਲ ਪਲਾਜ਼ਾ। ਬਿਲਕੁਲ ਬਿਲਕੁਲ ਜੀ, ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਨਾ ਲੋਡੂਵਾਲ ਵਾਲੇ ਟੋਲ ਪਲਾਜ਼ੇ ਦੇ ਉੱਤੇ ਕਿਸਾਨ ਬੈਠੇ ਆ ਤੇ ਉਹ ਕਿਸਾਨਾਂ ਦੇ ਬੈਠਣ ਤੋਂ ਬਾਅਦ ਤੇ ਸਰਕਾਰ ਫਿਕਰਾਂ ਦੇ ਵਿੱਚ ਤਾਂ ਪਈ ਆ ਪਰ ਸਰਕਾਰ ਗੱਲ ਮੰਨ ਕੇ ਰਾਜ਼ੀ ਨਹੀਂ। ਜਿਹੜੀਆਂ ਖ਼ਬਰਾਂ ਆ ਰਹੀਆਂ ਉਹ ਇਹ ਦੱਸਦੀਆਂ ਕਿ ਸਰਕਾਰ ਢੀਠਤਾਈ ਦੀ ਹੱਦ ਇਸ ਕਦਰ ਵਰਤ ਰਹੀ ਆ ਵੀ 5ਵੇਂ ਦਿਨ ਦੇ ਵਿੱਚ ਵੀ ਕਿਸਾਨਾਂ ਦੇ ਵੱਲੋਂ ਉੱਥੇ ਬੈਠ ਕੇ ਤੇ ਆਪਦਾ ਪ੍ਰਦਰਸ਼ਨ ਜਾਰੀ ਰੱਖਿਆ ਗਿਆ, ਪਰ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਵੀ ਭਾਈ ਸਾਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ। ਜਦਕਿ ਜ਼ਰੂਰਤ ਇਸ ਗੱਲ ਦੀ ਆ ਕਿ ਭਾਈ ਜਿਹੜੀ ਗੱਲ ਆ ਉਹਨੂੰ ਸਮਝਿਆ ਜਾਵੇ ਤੇ ਮਸਲੇ ਦਾ ਹੱਲ ਕੀਤਾ ਜਾਵੇ। ਸੋ ਗੱਲ ਇਹ ਜੀ ਕਿ 5ਵੇਂ ਦਿਨ ਵੀ ਕਿਸਾਨਾਂ ਨੇ ਉੱਥੇ ਬੈਠ ਕੇ ਸੜਕਾਂ ਦੇ ਉੱਤੇ ਲੋਡੂਵਾਲ ਵਾਲੇ ਟੋਲ ਪਲਾਜ਼ੇ ਦੇ ਉੱਤੇ ਤੇ ਸਭ ਨੂੰ ਮੁਫ਼ਤ ਦੇ ਵਿੱਚ ਲੰਘਾਇਆ। 5ਵੇਂ ਦਿਨ ਵੀ ਕਿਸਾਨਾਂ ਨੇ ਕਿਸੇ ਦੇ ਕੋਲੋਂ 1 ਰੁਪਈਆ ਨਹੀਂ ਲੈਣ ਦਿੱਤਾ, 5ਵੇਂ ਦਿਨ ਵੀ ਸਾਰਾ ਕੁਝ ਇਵੇਂ ਚੱਲਿਆ। ਪਰ ਦੂਜੀ ਗੱਲ ਇਹ ਕਿ ਅੱਜ 6ਵਾਂ ਦਿਨ ਆ, ਯਾਨੀ ਕਿ ਅੱਜ ਸ਼ੁੱਕਰਵਾਰ ਨੂੰ 6ਵਾਂ ਦਿਨ ਚੱਲ ਰਿਹਾ, ਸਵੇਰ ਦਾ ਵੇਲਾ ਆਪਾਂ ਖ਼ਬਰਾਂ ਸਾਂਝੀਆਂ ਕਰ ਰਹੇ ਹਾਂ। 6ਵੇਂ ਦਿਨ ਵੀ ਅੱਜ ਮੇਰਾ ਖਿਆਲ ਆ ਵੀ ਗੱਲ ਹੱਲ ਨਹੀਂ ਹੋਣੀ ਤੇ ਕਿਸਾਨਾਂ ਦੀ ਮੰਗ ਇਹ ਆ ਕਿ ਭਾਈ ਕਿਰਪਾ ਕਰਕੇ ਸਾਡੀਆਂ ਜਿਹੜੀਆਂ ਇਹ ਹੈਗੀਆਂ ਕੀਮਤਾਂ ਵਧਾਈਆਂ ਟੋਲ ਦੀਆਂ ਇਹ ਪਹਿਲਾਂ ਵਾਂਗੂ ਕੀਤੀਆਂ ਜਾਣ, ਤੇ ਜੇਕਰ ਤੁਸੀਂ ਨਹੀਂ ਇਹ ਟੋਲ ਦੀਆਂ ਕੀਮਤਾਂ ਪਹਿਲਾਂ ਵਾਂਗੂ ਕਰੋਗੇ ਤੇ ਭਾਵੇਂ ਸਾਨੂੰ ਇੱਥੇ ਮਹੀਨਾ ਬਹਿਣਾ ਪੈ ਜਾਵੇ ਤੇ ਭਾਵੇਂ ਸਾਲ ਬਹਿਣਾ ਪੈ ਜਾਵੇ, ਅਸੀਂ ਜਾਵਾਂਗੇ ਨਹੀਂ। ਸੋ ਕਿਸਾਨ ਆਪਣੀ ਜ਼ਿੱਦ ਦੇ ਉੱਤੇ, ਜ਼ਿੱਦ ਕਾਹਦੀ ਅਸਲ ਦੇ ਵਿੱਚ ਮੰਗ ਦੇ ਉੱਤੇ ਆ, ਉਹ ਕਹਿੰਦੇ ਵੀ ਜੇ ਤਾਂ ਤੁਹਾਡੀ ਮੰਗ ਮੰਨ ਲਓਗੇ ਠੀਕ ਆ, ਨਹੀਂ ਤਾਂ ਫਿਰ ਅਸੀਂ ਤਾਂ ਬੈਠੇ ਹਾਂ। ਪਰ ਵੇਨੇ ਭਾਈ ਹੁਣ ਸਰਕਾਰ ਮੰਨਦੀ ਹੈ ਕਿ ਨਹੀਂ ਮੰਨਦੀ? ਪਰ ਜਿਹੜੀ ਸੂਬੇ ਦੀ ਸਰਕਾਰ ਇਹ ਗੱਲ ਕਹਿੰਦੀ ਹੁੰਦੀ ਕਿ ਅਸੀਂ ਟੋਲ ਬੰਦ ਕਰਵਾ ਦਿੱਤੇ, ਅਸੀਂ ਟੋਲ ਲਈ ਆਹ ਕਰਦੇ ਹਾਂ ਉਹ ਕਰਦੇ ਹਾਂ, ਉਹ ਕਹਿੰਦੇ ਜੀ ਕਿ ਦੇਖੋ ਅਸੀਂ ਬੜੀ ਸਾਫ਼ ਤੇ ਸਪਸ਼ਟ ਗੱਲ ਆ ਵੀ ਇਸ ਮਸਲੇ ਦੇ ਉੱਤੇ ਕੀ ਕਰੀਏ। ਇਹ ਅਸਲ ਦੇ ਵਿੱਚ ਨੈਸ਼ਨਲ ਟੋਲ ਪਲਾਜ਼ਾ, ਰਾਸ਼ਟਰੀ ਟੋਲ ਪਲਾਜ਼ਾ, ਇਹ ਸਟੇਟ ਟੋਲ ਪਲਾਜ਼ਾ ਨਹੀਂ ਆ। ਜਾਂ ਤਾਂ ਫਿਰ ਇੱਥੇ ਭਗਵੰਤ ਮਾਨ ਸਰਕਾਰ ਦੀ ਬੇਵਸੀ ਹੋਊਗੀ ਤੇ ਜਾਂ ਕੋਈ ਹੋਰ ਕਾਰਨ। ਜੀ ਬਿਲਕੁਲ ਸਹੀ ਤੇਰਾ ਸਾਹਿਬ, ਅੱਗੇ ਵੱਧਦੇ ਗੱਲ ਕਰਦੇ ਹਾਂ ਰਾਜਾ ਵੜਿੰਗ ਹੋਰਾਂ ਦੀ। ਕਹਿੰਦੇ ਰਾਜਾ ਵੜਿੰਗ ਹੋਰਾਂ ਨੇ ਸਾਧੂ ਸਿੰਘ ਧਰਮਸੋਤ ਹੋਰਾਂ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਹੈ ਜੀ।
ਹਾਂ ਬਿਲਕੁਲ ਜੀ, ਦੇਖੋ ਰਾਜਾ ਵੜਿੰਗ ਹੋਰਾਂ ਨੇ ਮਦਨ ਲਾਲ ਜਲਾਲਪੁਰਾ ਸਾਬਕਾ ਵਿਧਾਇਕ ਨੇ, ਉਧਰ ਤੀਜੀ ਸ਼ਖਸੀਅਤ ਹੈਗੀ ਆ ਇਹਦੇ ਵਿੱਚ ਵਿਜੇਂਦਰ ਸਿੰਗਲਾ, ਇਹਨਾਂ ਨੇ ਜਾ ਕੇ ਤੇ ਜੇਲ੍ਹ ਦੇ ਵਿੱਚ ਸਾਧੂ ਸਿੰਘ ਧਰਮਸੋਤ ਨਾਲ ਮੁਲਾਕਾਤ ਕੀਤੀ ਆ। ਚੰਗੀ ਗੱਲ ਹੈ ਜੀ, ਦੇਖੋ ਆਪਦੇ ਸਾਥੀਆਂ ਦੇ ਨਾਲ ਮੁਲਾਕਾਤ ਕਰਕੇ ਆਏ ਆ, ਦੋਸ਼ ਕਦੋਸ਼ ਲੱਗਣੇ ਨਹੀਂ ਲੱਗਣੇ ਉਹ ਬਾਅਦ ਦੀਆਂ ਗੱਲਾਂ, ਉਹ ਅਦਾਲਤ ਨੇ ਸਾਬਤ ਕਰਨੇ ਆ। ਪਰ ਗੱਲ ਇਹ ਆ ਵੀ ਇਸ ਵਕਤ ਜਿਵੇਂ ਉਹ ਕਾਂਗਰਸੀ ਕਾਂਗਰਸ ਨੂੰ ਮਿਲ ਕੇ ਆਏ ਆ, ਕਾਂਗਰਸੀ ਆਪਦੇ ਸਾਥੀ ਨੂੰ, ਉਹਦੇ ਨਾਲ ਸ਼ਾਇਦ ਉਹਦੇ ਹੌਸਲੇ ਦੇ ਵਿੱਚ ਵਾਧਾ ਹੋਇਆ ਹੋਊਗਾ, ਤੇ ਵੇਨੇ ਹੁਣ ਭਾਈ ਇਸ ਮਸਲੇ ਦੇ ਵਿੱਚ ਕੀ ਨਵਾਂ ਮੋੜ ਆਉਂਦਾ। ਪਰ ਇਹ ਆ ਵੀ ਰਾਜਾ ਵੜਿੰਗ ਹੋਰਾਂ ਨੇ ਮੁਲਾਕਾਤ ਕਰਨ ਤੋਂ ਬਾਅਦ ਤੇ ਇਹ ਗੱਲ ਕਹੀ ਆ ਕਿ ਭਾਈ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ, ਇਨਸਾਫ ਮਿਲੂਗਾ, ਸੱਚ ਸਭ ਦੇ ਸਾਹਮਣੇ ਆਊਗਾ, ਸਾਧੂ ਸਿੰਘ ਧਰਮਸੋਤ ਪਾਕ ਸਾਫ਼ ਹੋ ਕੇ ਬਾਹਰ ਆਉਣਗੇ। ਸੋ ਉਹਨਾਂ ਨੇ ਇਹ ਗੱਲਾਂ ਬਾਤਾਂ ਕਹੀਆਂ। ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਭਾਈ ਨੀਟ ਦੇ ਪੇਪਰ ਜਿਹੜੇ ਲੀਕ ਹੁੰਦੇ ਆ ਇਹਦੇ ਲਈ ਬੀਜੇਪੀ ਜ਼ਿੰਮੇਵਾਰ ਆ, ਕੁਝ ਹੋਰ ਗੱਲਾਂ ਬਾਤਾਂ ਵੀ ਕਹੀਆਂ। ਪਰ ਗੱਲ ਇਹ ਵੀ ਸਾਧੂ ਸਿੰਘ ਧਰਮਸੋਤ ਨੂੰ ਲੰਘੇ ਕੱਲ ਕਾਂਗਰਸੀ ਆਗੂ ਜੇਲ੍ਹ ਦੇ ਵਿੱਚ ਮਿਲ ਕੇ ਆਏ ਆ। ਜੀ ਤੇ ਜਿਹੜਾ ਸਾਹਿਬ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਕਹਿੰਦੇ ਨੇ, ਕਹਿੰਦੇ ਕਾਂਗਰਸ ਛੱਡ ਕੇ ਜਾਣ ਵਾਲਿਆਂ ਦੀ ਜੇ ਘਰ ਵਾਪਸੀ ਹੋਈ ਤਾਂ ਮੈਂ ਵਿਰੋਧ ਕਰੂੰਗਾ। ਦੇਖੋ ਮੇਰੇ ਖਿਆਲ ਦੇ ਮੁਤਾਬਕ ਤਾਂ ਵਿਰੋਧ ਕਰਨਾ ਵੀ ਬਣਦਾ, ਕਿਉਂਕਿ ਜਿਹੜਾ ਬੰਦਾ ਔਖੇ ਵੇਲੇ ਦੇ ਵਿੱਚ ਪਾਰਟੀ ਨੂੰ ਛੱਡ ਗਿਆ ਉਹਨੂੰ ਰਗੜ ਕੇ ਫੋੜੇ ਤੇ ਲਾਉਣਾ, ਜਦੋਂ ਥੋੜਾ ਚਿੱਤ ਕਰੇ ਤੁਸੀਂ ਛਾਲ ਮਾਰ ਕੇ ਦੂਜੀ ਪਾਰਟੀ ਚਲੇ ਜਾਓ, ਜਦੋਂ ਚੋਣਾਂ ਨਿਕਲ ਜਾਣ ਤੇ ਨਤੀਜੇ ਤੁਹਾਡੀ ਸੋਚ ਮੁਤਾਬਕ ਨਾ ਆਉਣ ਫਿਰ ਤੁਸੀਂ ਵਾਪਸ ਆਉਣ ਦੀ ਗੱਲ ਕਰ ਦਿਓ। ਇੱਦਾਂ ਹੋਣਾ ਨਹੀਂ ਚਾਹੀਦਾ ਜਿਵੇਂ ਕਿ ਕਈ ਲੋਕ ਕਰਦੇ ਆ। ਦੂਜੀ ਗੱਲ ਇਹ ਆ ਵੀ ਕਹਿੰਦੇ ਵੀ ਕਾਂਗਰਸ ਦੇ ਕੁਝ ਕੁ ਨੇਤਾ ਐਸੇ ਆ ਜਿਹੜੇ ਕਿ ਹੁਣ ਵਾਪਸ ਘਰ ਆਉਣਾ ਚਾਹੁੰਦੇ ਆ। ਹੁਣ ਉਹਨਾਂ ਦੇ ਉੱਤੇ ਬਈ ਇਹੋ ਜਿਹੀ ਖਬਰ ਆਈ ਆ, ਕਹਿੰਦੇ ਵੀ ਹੁਣ ਭਾਈ ਉਹਨਾਂ ਦੇ ਬਾਰੇ ਜੇਕਰ ਉਹ ਵਾਪਸ ਆਉਂਦੇ ਆ ਤੇ ਭਾਈ ਸਖ਼ਤ ਕਾਰਵਾਈ ਕਰਾਂਗੇ ਅਸੀਂ, ਜਾਂ ਕਾਰਵਾਈ ਦੀ ਮੰਗ ਕਰਾਂਗੇ। ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਮੈਂਬਰ ਪਾਰਲੀਮੈਂਟ ਬਣੇ ਹੋਣੇ ਹੁਣੇ ਗੁਰਦਾਸਪੁਰ ਤੋਂ, ਉਹਨਾਂ ਨੇ ਕਿਹਾ ਵੀ ਜੇਕਰ ਕਾਂਗਰਸ ਨੂੰ ਛੱਡ ਕੇ ਜਾਣ ਵਾਲੇ ਘਰ ਵਾਪਸੀ ਦੀ ਗੱਲ ਕਰਨਗੇ ਤੇ ਜੇਕਰ ਸਾਡੀ ਹਾਈਕਮਾਨ ਮੰਨ ਵੀ ਜਾਊਗੀ ਤਾਂ ਉਹ ਕਹਿੰਦੇ ਵੀ ਭਾਈ ਫਿਰ ਅਸੀਂ ਵਿਰੋਧ ਕਰਾਂਗੇ। ਉਹ ਕਹਿੰਦੇ ਵੀ ਅਸੀਂ ਹਾਈਕਮਾਨ ਦੀ ਗੱਲ ਨਾਲ ਵੀ ਸਹਿਮਤ ਨਹੀਂ ਹੋਵਾਂਗੇ ਵੀ ਔਖੇ ਵੇਲੇ ਦੇ ਵਿੱਚ ਮਾਰ ਕੇ ਛੜੱਪਾ ਦੂਜੇ ਪਾਸੇ ਚਲੇ ਗਏ ਤੇ ਵੇਲਾ ਨਿਕਲਣ ਤੋਂ ਬਾਅਦ ਫਿਰ ਪਹਿਲੇ ਵਾਲੇ ਪਾਸੇ ਆਉਣ ਦੀ ਕੋਸ਼ਿਸ਼ ਕਰਨ, ਇਹ ਗੱਲ ਚੱਲੂਗੀ ਨਹੀਂ ਜੀ। ਜੀ ਤਾਂ ਸਾਹਿਬ ਉੱਧਰ ਦੂਸਰੇ ਬੰਨੇ ਜੇ ਜਲੰਧਰ ਜ਼ਿਮਨੀ ਚੋਣ ਦੀ ਆਪਾਂ ਗੱਲ ਕਰਦੇ ਹਾਂ, ਜਲੰਧਰ ਚੋਣ ਦੇ ਲਈ ਅਕਾਲੀ ਦਲ ਤੇ ਬਸਪਾ ਨੇ ਉਮੀਦਵਾਰ ਐਲਾਨ ਦਿੱਤੇ ਨੇ, ਪਰ ਕਾਂਗਰਸ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਹਿੰਦੇ ਜ਼ਿਮਨੀ ਚੋਣ ਤਾਂ ਅਸੀਂ ਵੀ ਜਿੱਤਾਂਗੇ। ਦੇਖੋ ਜੀ, ਦਾਅਵਾ ਕਰਨ ਨੂੰ ਤਾਂ ਭਾਵੇਂ ਇੱਥੇ ਕੋਈ ਵੀ ਕਰ ਸਕਦਾ, ਇਹ ਪ੍ਰੈਕਟੀਕਲ ਤੌਰ ਦੇ ਉੱਤੇ ਦਾਅਵਾ ਕਿੰਨਾ ਕੁ ਸਹੀ ਸਾਬਤ ਹੁੰਦਾ ਇਹ ਤਾਂ ਸਮਾਂ ਦੱਸੂਗਾ। ਦਾਅਵਾ ਬਹੁਤ ਸਾਰੇ ਲੋਕ ਕਰਦੇ ਹੁੰਦੇ, ਦਾਅਵਾ ਹੁਣ ਵੀ ਕਰ ਰਹੇ ਆ। ਦੇਖੋ ਇਸ ਵੇਲੇ ਜਿਹੜੀ ਖਬਰ ਆ ਉਹ ਬੜੀ ਮਹੱਤਵਪੂਰਨ ਆ ਵੀ ਭਾਈ ਅਕਾਲੀ ਦਲ ਨੇ ਵੀ ਆਪਦਾ ਉਮੀਦਵਾਰ ਐਲਾਨਤਾ। ਇਹ ਮੈਨੂੰ ਵੱਡੀ ਖਬਰ ਕਿਉਂ ਲੱਗਦੀ, ਕਿਉਂਕਿ ਮੈਨੂੰ ਆਸ ਨਹੀਂ ਸੀ ਇਸ ਗੱਲ ਦੀ ਕਿ ਅਕਾਲੀ ਦਲ ਕਿਸੇ ਨੂੰ ਐਲਾਨੂਗਾ। ਬਸਪਾ ਨੇ ਵੀ ਉਮੀਦਵਾਰ ਐਲਾਨਤਾ। ਅੱਜ ਆਖਰੀ ਦਿਨ ਆ, ਯਾਨੀ ਕਿ 21 ਜੂਨ ਅੱਜ ਆ, ਅੱਜ 21 ਜੂਨ ਨੂੰ ਆਖਰੀ ਦਿਨ ਆ ਆਪਣਾ ਉਮੀਦਵਾਰ ਐਲਾਨ ਕਰਨ ਦਾ। ਸੋ ਪਤਾ ਲੱਗਾ ਭਾਈ ਵੀ ਬਸਪਾ ਦੇ ਵੱਲੋਂ ਆਪਣਾ ਉਮੀਦਵਾਰ ਬਿੰਦਰ ਲਾਖਾ ਐਲਾਨ ਕੀਤਾ ਗਿਆ, ਉਧਰ ਪਤਾ ਲੱਗਾ ਜੀ ਕਿ ਅਕਾਲੀ ਦਲ ਨੇ ਬੀਬੀ ਸੁਰਜੀਤ ਕੌਰ ਨੂੰ ਉਮੀਦਵਾਰ ਐਲਾਨ ਦਿੱਤਾ। ਇਹ 2 ਵਾਰ ਕੌਂਸਲਰ ਰਹੇ ਆ, ਇਹਨਾਂ ਦੇ ਪਤੀ ਪ੍ਰੀਤਮ ਸਿੰਘ ਜਿਹੜੇ ਦੁਨੀਆਂ ਤੇ ਨਹੀਂ ਉਹ ਜਥੇਦਾਰ ਸੀਗੇ। ਬੀਬੀ ਸੁਰਿੰਦਰ ਕੌਰ ਕਾਂਗਰਸ ਨੂੰ ਉਮੀਦਵਾਰ ਐਲਾਨੀ ਆ। ਸ਼ੀਤਲ ਅੰਗਰਾਲਾ ਜਿਹੜਾ ਉਹ ਬੀਜੇਪੀ ਦੇ ਵੱਲੋਂ ਉਮੀਦਵਾਰ ਆ ਤੇ ਜਿਹੜਾ ਉਹ ਭਗਤ ਹੋਰੀ ਮਹਿੰਦਰ ਭਗਤ ਹੋਰੀ ਉਹ ਆਮ ਆਦਮੀ ਪਾਰਟੀ ਦਾ ਉਮੀਦਵਾਰ ਆ। ਸੋ ਇਸ ਤਰੀਕੇ ਦੀ ਜਾਣਕਾਰੀ ਆ। ਸੋ ਭਾਈ ਵਕਤ ਦੱਸੂਗਾ ਵੀ ਭਾਈ ਕੌਣ ਜਿੱਤਦਾ ਕੌਣ ਹਾਰਦਾ, ਪਰ ਕਾਂਗਰਸ ਇਹ ਦਾਅਵਾ ਕਰਦੀ ਜੀ ਕਿ ਸਾਡਾ ਹੀ ਉਮੀਦਵਾਰ ਜਿੱਤੂਗਾ। ਉਧਰ ਬੀਜੇਪੀ ਕਹਿੰਦੀ ਜੀ ਸਾਡਾ ਉਮੀਦਵਾਰ ਜਿੱਤੂਗਾ, ਆਪ ਕਹਿੰਦੀ ਸੀਟ ਸਾਡੀ ਆ। ਸੋ ਇਹ ਹਾਲਾਤ ਆ। ਹੁਣ ਇਸ ਚੋਣ ਦੇ ਵਿੱਚ ਅਕਾਲੀ ਦਲ ਕਿੰਨੀਆਂ ਵੋਟਾਂ ਲੈ ਕੇ ਜਾਂਦਾ ਇਹਦੇ ਬਾਰੇ ਸਭ ਦਾ ਧਿਆਨ ਟਿਕਿਆ ਰਹਿਣਾ। ਇਸ ਚੋਣ ਦੇ ਵਿੱਚ ਅਕਾਲੀ ਦਲ ਨੂੰ ਕਿੰਨੀ ਕੁ ਪ੍ਰਾਪਤੀ ਮਿਲਦੀ ਆ ਇਹ ਸਮਾਂ ਦੱਸੂਗਾ। ਹਾਲਾਂਕਿ ਜਿਹੜੀ ਜਲੰਧਰ ਦੀ ਸੀਟ ਆ ਇਹਦੇ ਵਿੱਚ ਕੋਈ ਬਹੁਤ ਹੀ ਕੋਈ ਪੇਂਡੂ ਵੋਟ ਤਾਂ ਹੈ ਨਹੀਂ ਗੀ, ਕੋਈ ਪੰਥਕ ਵੋਟ ਵਾਲੀ ਗੱਲ ਤਾਂ ਹੈ ਨਹੀਂ ਗੀ,
ਵਿਰਲੀਆਂ ਟਾਵੀਆਂ ਵੋਟਾਂ ਹੋਣੀਆਂ, ਪਰ ਗੱਲ ਇਹ ਜੀ ਕਿ ਜੇਕਰ ਉਹ ਜ਼ਮਾਨਤ ਬਚਾਉਣ 'ਚ ਕਾਮਯਾਬ ਹੋ ਜਾਂਦੇ ਆ ਤਾਂ ਮੈਂ ਮੰਨੂੰਗਾ ਜੀ ਕਿ ਭਾਈ ਬਹੁਤ ਵੱਡੀ ਪ੍ਰਾਪਤੀ ਹੈਗੀ ਆ, ਪਰ ਉਦਾਂ ਕੰਮ ਇੱਥੇ ਅਕਾਲੀ ਦਲ ਦਾ ਔਖਾ ਲੱਗਦਾ, ਪਰ ਉਹ ਮੁਕਾਬਲੇ ਦੇ ਵਿੱਚ ਆਏ ਆ, ਇਹ ਵੀ ਇੱਕ ਚੰਗੀ ਗੱਲ ਹੈਗੀ ਆ। ਜੀ ਬਿਲਕੁਲ ਸਹੀ। ਤੇ ਟਾਣਾ ਸਾਹਿਬ, ਉਧਰ ਦੂਸਰੇ ਬੰਨੇ ਜਦੋਂ ਆਪਾਂ ਗੱਲ ਕਰਦੇ ਹਾਂ ਬਾਹਰ ਜਾਣ ਦੀ, ਵਿਦੇਸ਼ ਜਾਣ ਦਾ ਚਸਕਾ ਲੋਕਾਂ ਦੇ ਵਿੱਚ ਇਸ ਕਦਰ ਵੱਧ ਗਿਆ ਕਿ ਉਹ ਕੁਛ ਵੀ ਕਰਨ ਦੇ ਲਈ ਤਿਆਰ ਨੇ। ਇੱਕ ਬੜੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਵੀ 67 ਸਾਲਾਂ ਦਾ ਬਜ਼ੁਰਗ ਬਣ ਕੇ ਕੈਨੇਡਾ ਜਾਣ ਦੀ ਕੋਸ਼ਿਸ਼ ਕਰਦਾ ਹੁਣ ਕਾਬੂ ਕੀਤਾ ਗਿਆ। ਦੇਖੋ ਜੀ, ਪੰਜਾਬ ਦੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਓਵਰ ਕੌਨਫੀਡੈਂਸ ਤੇ ਓਵਰ ਕਲੈਵਰ ਹੋਣਾ ਲੈ ਬੈਠਾ। ਇੱਥੇ ਹੁਣ ਲੰਘੇ ਕੱਲ ਜਿਹੜੀ ਅੰਧ ਵਿਸ਼ਵਾਸੀ ਮਾਨਸਿਕਤਾ ਦੀ ਉਦਾਹਰਣ ਨੇ ਵੀ ਜਿਹੜਾ ਬਾਕਰਪੁਰੇ ਵਾਲਾ ਬਾਬਾ ਜਿਹਨੂੰ ਮੇਰਾ ਖਿਆਲ ਵੀ ਸਾਈਂ ਸੁਰਿੰਦਰ ਸ਼ਾਹ ਕਹਿੰਦੇ ਆ, ਤੇ ਕਹਿੰਦੇ ਵੀ ਉਹ ਇੱਕ ਥਾਂ ਦੇ ਉੱਤੇ ਗਿਆ ਸੀ ਤੇ ਉਹਦੇ ਦੌਰਾਨ ਲੋਕਾਂ ਨੇ ਔਰਤਾਂ ਨੇ ਖਿੱਚ ਧੂ ਵੀ ਕੀਤੀ ਹੈ ਕਿਸੇ ਗੱਲੋਂ। ਇਹ ਉਹੀ ਹੈ ਜਿਹੜਾ ਕਿ ਪਾਸਪੋਰਟ ਦੇ ਉੱਤੇ ਸਾਈਨ ਕਰਦਾ ਤੇ ਇਹ ਗੱਲ ਕਹਿੰਦਾ ਕਿ ਆ ਭਾਈ ਤੁਹਾਡਾ ਵੀਜ਼ਾ ਲੱਗ ਜਾਣਾ, ਤੇ ਕਿੰਨੇ ਲੋਕਾਂ ਨੇ ਸਮੇਂ ਸਮੇਂ ਤੇ ਇਹ ਗੱਲ ਕਹੀ ਵੀ ਬਾਬੇ ਤੋਂ ਸਾਈਨ ਵੀ ਕਰਾਏ, ਵੀਜ਼ਾ ਵੀ ਨਹੀਂ ਲੱਗਾ। ਤੇ ਲੋਕ ਬੇਵਕੂਫ ਆ ਜੀ, ਲੋਕ ਮੂਰਖ ਬਾਂਦਰ ਆ ਵੀ ਜਿਹੜੇ ਲੋਕ ਮੂੰਹ ਚੱਕ ਕੇ ਤੁਰ ਪੈਂਦੇ ਆ। ਆਈਲੈਟਸ ਫਿਰ ਤੁਸੀਂ ਕਰੋ ਹੀ ਨਾ, ਫਿਰ ਤੁਸੀਂ ਬੈਂਕ ਬੈਲੈਂਸ ਸ਼ੋਅ ਹੀ ਨਾ ਕਰੋ ਜਦੋਂ ਸਾਈਨ ਕਰਤੇ ਆ। ਇਮੀਗ੍ਰੇਸ਼ਨ ਵਾਲੇ ਤਾਂ ਤੁਹਾਨੂੰ ਇਹ ਗੱਲ ਕਹਿੰਦੇ ਵੀ ਭਾਈ ਭਾਜੋ ਤੁਹਾਡਾ ਵੀਜ਼ਾ ਨਹੀਂ ਲੱਗਣਾ ਹੈਗਾ, ਤੇ ਤੁਸੀਂ ਕਹਿੰਦੇ ਵੀ ਭਾਈ ਬਾਬੇ ਨੇ ਵੀਜ਼ਾ ਲਾਤਾ, ਫਿਰ ਉਹਦੇ ਵੀਜ਼ੇ ਤੇ ਚਲੇ ਜਾਓ। ਮਤਲਬ ਲੋਕਾਂ ਦਾ ਸਿਰ ਨਹੀਂ ਕੰਮ ਕਰਦਾ। ਉਵੇਂ ਹੀ ਗੱਲ ਇਹ ਜੀ ਕਿ ਕੁਝ ਕੁ ਲੋਕ ਓਵਰ ਕਲੈਵਰ ਆ। ਗੁਰਸੇਵਕ ਸਿੰਘ ਨਾਂ ਦਾ ਮੁੰਡਾ ਜਿਹੜਾ 24 ਸਾਲ ਦਾ, ਇਹ ਦਿੱਲੀ ਦੇ 에ਅਰਪੋਰਟ ਦੇ ਉੱਤੇ ਟਰਮੀਨਲ ਨੰਬਰ 3 ਦੇ ਉੱਤੇ ਪਹੁੰਚ ਗਿਆ। ਇਹਨੇ ਜਾਣਾ ਸੀਗਾ ਜੀ ਕੈਨੇਡਾ। ਇਹ ਬਿਲਕੁਲ 24 ਸਾਲ ਦਾ ਮੁੰਡਾ 67 ਸਾਲ ਦੀ ਵੇਸ਼ਭੂਸ਼ਾ ਬਣਾ ਕੇ, ਬਹੁਰੂਪੀਆ ਬਣ ਕੇ ਤੇ ਉੱਥੇ ਪਹੁੰਚ ਗਿਆ ਜੀ ਕਿ ਮੈਂ ਤਾਂ ਰਸ਼ਵਿੰਦਰ ਸਿੰਘ ਸਹੋਤਾ ਤੇ ਪਾਸਪੋਰਟ ਵੀ ਰਸ਼ਵਿੰਦਰ ਸਿੰਘ ਸਹੋਤਾ ਦਾ। ਪਰ ਇਹਦੀ ਬੋਡੀ ਲੈਂਗੁਏਜ ਦੇਖ ਕੇ, ਇਹਦੀ ਬੋਲਬਾਣੀ ਦੇਖ ਕੇ, ਇਹਦੀ ਚਮੜੀ ਦੇਖ ਕੇ CISF ਦੇ ਅਧਿਕਾਰੀਆਂ ਨੂੰ ਲੱਗਾ ਵੀ ਭਾਈ ਇਹ ਤਾਂ ਵਿੱਚ ਕੋਈ ਹੇਰਾ ਫੇਰੀ ਆ, ਇਹ ਕੋਈ ਹੈ ਨਹੀਂ 67 ਸਾਲ ਵਾਲਾ। ਇਹਦੇ ਕੋਲੋਂ ਪੁੱਛਗਛ ਕੀਤੀ ਗਈ ਤਾਂ ਵਿੱਚੋਂ ਪਤਾ ਲੱਗਾ ਵੀ ਇਹ ਤਾਂ 24 ਵਰ੍ਹਿਆਂ ਦਾ। ਹੁਣ ਪਤਾ ਲੱਗਾ ਜੀ ਇਹ ਕਿਸੇ ਦੇ ਪਾਸਪੋਰਟ 'ਤੇ ਸਫ਼ਰ ਕਰ ਰਿਹਾ ਸੀ। ਹੁਣ ਪਤਾ ਲੱਗਾ ਜੀ ਇਹ ਤਾਂ ਡਰਾਮੇਬਾਜ਼ ਬਹੁਤ ਆ, ਤੇ ਹੁਣ ਇਹਦੇ ਉੱਤੇ CISF ਦੇ ਅਧਿਕਾਰੀ ਕਾਰਵਾਈ ਕਰਨਗੇ। ਯਾਨੀ ਕਿ ਸਾਡੇ ਪੰਜਾਬੀਆਂ ਦਾ ਇੱਕ ਹਿੱਸਾ ਕਈ ਵਾਰੀ ਐਂ ਸਮਝਦਾ ਵੀ ਸਾਡੇ ਜਿੰਨਾ ਚਲਾਕ ਕੋਈ ਨਹੀਂ, ਪਰ ਜਿੰਨੇ ਕੁ ਚਲਾਕ ਅਸੀਂ, ਸਾਡੇ ਵਰਗਾ 3600 ਬੰਦਾ ਤਾਂ ਹਰ ਰੋਜ਼ ਮਿਲਦਾ CISF ਦੇ ਅਧਿਕਾਰੀਆਂ ਨੂੰ। ਸੋ ਅਸੀਂ ਆਪਦੀਆਂ ਮੂਰਖਤਾਂ ਛੱਡ ਕੇ ਰਾਜ਼ੀ ਨਹੀਂ, ਅਸੀਂ ਹਰਕਤਾਂ ਆਪਦੀਆਂ ਬਦਲ ਕੇ ਰਾਜ਼ੀ ਨਹੀਂ। ਸਾਡੇ ਲਈ ਕੈਨੇਡਾ ਕਨੂੰਡਾ ਤਾਂ ਇਉਂ ਆ ਵੀ ਭਾਈ ਜਿਵੇਂ ਉੱਥੇ ਜਾਂਦਿਆਂ ਨੂੰ $1,00,000 ਮਹੀਨੇ ਵਾਲੀ ਜੋਬ ਮਿਲ ਜਾਣੀ ਆ, ਫਿਰ ਉੱਥੇ ਬੈਠੇ ਨਾ ਰੋਈ ਜਾਣਾ, ਵਤਨ ਚੇਤੇ ਆਉਂਦਾ ਹੈ, ਇੱਥੇ ਬੈਠੇ ਨਾ ਕਰੀ ਜਾਣਾ, ਬਾਹਰ ਜਾਣਾ ਹੈ, ਟਕਾ ਤਾਂ ਸਾਨੂੰ ਕਿਤੇ ਵੀ ਨਹੀਂ ਆਉਂਦਾ ਗਾ। ਸੋ ਜਿਹੜੇ ਉੱਥੇ ਭੈਣਾਂ ਵੀਰ ਗਏ ਆ ਉਹਨਾਂ ਨੂੰ ਕਿਹੜਾ ਉੱਥੇ ਕੋਈ ਬਹੁਤ ਲਹਿਰਾਂ ਬਹਿਰਾਂ ਲੱਗੀਆਂ ਪਈਆਂ, ਉਹ ਕਹਿੰਦੇ ਵੀ ਸਾਡੇ ਕੋਲ ਤਾਂ ਕਿਰਾਇਆ ਨਹੀਂ ਨਿਕਲਦਾ ਗਾ। ਵੱਡੀ ਗਿਣਤੀ ਦੇ ਵਿੱਚ ਉੱਥੇ ਵੀ ਸਮੱਸਿਆ ਦੇ ਵਿੱਚ ਆ, ਪਰ ਸਾਨੂੰ ਇੱਕ ਥਾਂ 'ਤੇ ਟਕਾ ਨਹੀਂ ਆਉਂਦਾ। ਉੱਥੇ ਜਾ ਕੇ ਕਹਾਂਗੇ ਬਈ ਮਿੱਟੀ ਦੀ ਮਹਿਕ ਸਾਡੀ ਚੇਤੇ ਦੇ ਵਿੱਚ ਵਸੀ ਆ, ਇੱਥੇ ਬੈਠੇ ਕਰੀ ਜਾਂਦੇ ਕੈਨੇਡਾ ਦੀ ਮਹਿਕ ਲੈਣੀ, ਅਸੀਂ ਟਕਾ ਨਹੀਂ ਆਉਂਦਾ। ਜੀ ਬਿਲਕੁਲ ਸਹੀ। ਚਲੋ ਸਾਹਿਬ ਅੱਗੇ ਵੱਧਦੇ ਹਾਂ ਜੀ, ਹੁਣ ਗੱਲ ਕਰਦੇ ਹਾਂ SGPC ਦੀ। SGPC ਨੇ ਸਾਰਾਗੜੀ ਨਿਵਾਸ ਦੇ ਨਾਂ ਦੇ ਉੱਪਰ ਜਿਹੜੀ ਚੱਲਦੀ ਵੈਬਸਾਈਟ ਹੈ, ਕਿਉਂਕਿ ਉਹਨੂੰ ਲੈ ਕੇ ਖਬਰਾਂ ਬਹੁਤ ਸਾਹਮਣੇ ਆਈਆਂ ਸੀ, ਉਹ ਬੰਦ ਕਰਵਾ ਦਿੱਤੀ ਹੈ ਜੀ। ਹਾਂ ਬਿਲਕੁਲ ਜੀ, ਉਹ ਬੰਦ ਕਰਵਾ ਦਿੱਤੀ ਆ ਸਾਰਾਗੜੀ ਨਿਵਾਸ ਵਾਲੀ ਜਿਹੜੀ ਹੈਗੀ ਆ ਜਾਅਲੀ ਵੈਬਸਾਈਟ, ਉਹ ਬੰਦ ਕਰਵਾ ਦਿੱਤੀ ਆ। ਕਿਉਂਕਿ ਜਦੋਂ ਕਿਸੇ ਨੇ ਜਾਣਾ ਹੁੰਦਾ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਤਾਂ ਬੰਦਾ ਕੀ ਕਰਦਾ, ਉੱਥੇ ਜਾ ਕੇ ਤੇ ਜਾਂ ਬੰਦੇ ਨੇ ਔਨਲਾਈਨ ਅੱਜ ਕੱਲ੍ਹ ਬੁਕਿੰਗ ਚੱਲਦੀ, ਜੇ NRI ਸਲਾਮ ਬੁੱਕ ਕਰਾਉਣੀ ਆ ਜਾਂ ਸਾਰਾਗੜੀ ਸਲਾਮ ਬੁੱਕ ਕਰਾਉਣੀ ਹੈ ਤਾਂ ਉਹ ਔਨਲਾਈਨ ਬੁਕਿੰਗ ਚੱਲਦੀ ਹੈ। ਉਹ ਹੁਣ ਜਿਵੇਂ ਮੰਨ ਲਓ ਕਿਸੇ ਨੇ ਆਪਣੇ ਦੋਸਤ ਮਿੱਤਰ ਨੇ ਕੋਈ ਬਾਹਰੋਂ ਆਉਣਾ ਹੋਵੇ ਜਾਂ ਆਪਾਂ ਜਾਣਾ ਹੋਵੇ, ਮੰਨ ਲਓ ਪਰਸੋਂ ਜਾਣਾ ਹੋਵੇ, ਹਫ਼ਤੇ ਨੂੰ ਜਾਂ ਕੱਲ੍ਹ ਨੂੰ ਜਾਣਾ ਹੋਵੇ, ਤੇ ਔਨਲਾਈਨ ਬੁਕਿੰਗ ਕਰਵਾ ਲਈ, ਪੇ ਕਰਤੇ ਪੈਸੇ, ਰਸੀਦ ਲੈ ਲਈ, ਜਦੋਂ ਉੱਥੇ ਪਹੁੰਚਦੇ ਸੀ ਉਹ ਕਹਿੰਦੇ ਜੀ ਇਹ ਤਾਂ ਸਾਡਾ ਕਮਰਾ ਬੁੱਕ ਹੀ ਨਹੀਂ ਹੋਇਆ ਤੁਹਾਡਾ, ਇਹ ਤਾਂ ਸਾਡੀ ਵੈਬਸਾਈਟ ਹੀ ਨਹੀਂ ਜਿੱਥੇ ਤੁਸੀਂ ਬੁਕਿੰਗ ਕਰਵਾਈ ਆ। ਬੜੀਆਂ ਸ਼ਿਕਾਇਤਾਂ ਇੱਦਾਂ ਸੀ, ਤੇ ਪਤਾ ਲੱਗਾ ਵੀ UP ਵੱਲ ਦੇ ਕੁਝ ਲੋਕ ਆ ਜਿਨ੍ਹਾਂ ਨੇ ਸਾਰਾਗੜੀ ਸਰਾਂ ਦੀ ਜਾਅਲੀ ਬੁਕਿੰਗ ਸ਼ੁਰੂ ਕਰਤੀ।
ਉਹਨਾਂ ਨੇ ਜਾਲੀ ਵੈਬਸਾਈਟ ਬਣਾ ਲਈ, ਕਿਸੇ ਤੋਂ 3,000 ਕਿਸੇ ਤੋਂ 5,000 ਕਿਸੇ ਤੋਂ 2,500 ਰੁਪਈਆ ਉਹ ਨਾਈਟ ਦਾ ਲਈ ਜਾਂਦੇ ਸੀਗੇ। ਜਦੋਂ ਬੰਦੇ ਸਾਰਾਗੜ੍ਹੀ ਸਰਾਂ ਦੇ ਵਿੱਚ ਕਮਰਾ ਲੈਣ ਜਾਂਦੇ ਸੀ, ਉਹ ਕਹਿੰਦੇ ਅਸੀਂ ਤਾਂ ਬੁੱਕ ਹੀ ਨਹੀਂ ਕੀਤਾ ਕਮਰਾ, ਇਹ ਰਸੀਦ ਤਾਂ ਸਾਡੀ ਹੈ ਹੀ ਨਹੀਂ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਲਿਸ ਦੇ ਕੋਲ ਸ਼ਿਕਾਇਤ ਕਰਕੇ ਉਸ ਸਾਈਟ ਨੂੰ ਬੰਦ ਕਰਵਾਇਆ ਹੁਣ, ਤੇ ਉਹ ਬੰਦੇ ਹਾਲੇ ਫੜੇ ਨਹੀਂ ਗਏ ਜਿਨ੍ਹਾਂ ਨੇ ਇਹ ਸਾਈਟ ਬਣਾਈ ਸੀ ਜੀ। ਤੇ ਟੰਡਨ ਸਾਹਿਬ, ਰਾਹੁਲ ਗਾਂਧੀ ਹੋਰਾਂ ਦਾ ਇੱਕ ਬੜਾ ਵੱਡਾ ਬਿਆਨ ਸਾਹਮਣੇ ਆਇਆ, ਔਰ ਇਸ ਬਿਆਨ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਸਹਿਮਤ ਵੀ ਨੇ, ਉਹ ਕਹਿੰਦੇ ਨੇ ਕਿ ਮੋਦੀ ਹੋਰੀ ਜੰਗ ਰੁਕਵਾ ਸਕਦੇ ਨੇ, ਪਰ ਪੇਪਰ ਲੀਕ ਨਹੀਂ ਰੁਕਿਆ ਉਹਨਾਂ ਦੇ ਕੋਲੋਂ। ਹਾਂ ਬਿਲਕੁਲ ਜੀ, ਉਹਨਾਂ ਨੇ ਗੱਲ ਕਹੀ ਆ ਕਿ ਜਿਹੜੇ ਪ੍ਰਧਾਨ ਮੰਤਰੀ ਮੋਦੀ ਆ ਉਹਦੇ ਬਾਰੇ ਬੀਜੇਪੀ ਦੇ ਆਗੂ ਕਹਿੰਦੇ ਹੁੰਦੇ ਕਿ ਇਹਨਾਂ ਨੇ ਰੂਸ ਤੇ ਯੂਕਰੇਨ ਦੀ ਜੰਗ ਰੁਕਵਾਤੀ, ਪਰ ਨੀਟ ਦੇ ਪੇਪਰ ਲੀਕ ਹੁੰਦੇ ਇਹ ਕਿਉਂ ਨਹੀਂ ਰੁਕਵਾਏ ਜਾਂਦੇ? ਉਹਨਾਂ ਨੇ ਕਿਹਾ ਜੀ ਕਿ ਹਰ ਗੱਲ ਤੇ ਫੁਕਰੀ ਆ, ਇਸ ਤੋਂ ਇਲਾਵਾ ਕੁਝ ਵੀ ਨਹੀਂ। ਤੇ ਇੱਕ ਜਾਣਕਾਰੀ ਮੈਂ ਤੁਹਾਨੂੰ ਹੋਰ ਦੇ ਦਿਆਂ ਵੀ ਜਿਹੜੀ ਕੇਂਦਰ ਦੀ ਸਰਕਾਰ ਨੇ 14 ਫਸਲਾਂ ਦੇ ਉੱਤੇ MSP ਦਾ ਵਾਅਦਾ ਕੀਤਾ, ਇਹਨੂੰ ਲੱਗੇ ਕੱਲ ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ਨੇ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਨਕਾਰ ਦਿੱਤਾ। ਉਹਨਾਂ ਨੇ ਕਿਹਾ ਜੀ ਕਿ ਜਿਹੜੀ MSP ਗਰੰਟੀ ਕਾਨੂੰਨ ਬਣਾਉਣ ਦੀ ਲੋੜ ਆ, ਕੱਲੀ MSP ਦੇ ਵਿੱਚ ਵਾਧੇ ਦੀ ਲੋੜ ਨਹੀਂ। MSP ਦੇ ਵਿੱਚ ਵਾਧੇ ਦੇ ਮੁਤਾਬਕ ਤਾਂ ਮੱਕੀ ਪਹਿਲਾਂ ਨਹੀਂ ਖਰੀਦੀ ਜਾਂਦੀ, ਮੂੰਗੀ ਪਹਿਲਾਂ ਨਹੀਂ ਖਰੀਦੀ ਜਾਂਦੀ। ਤੇ ਉਗਰਾਹਾਂ ਨੇ ਗੱਲ ਕਹੀ ਹੈ, ਜੋਗਿੰਦਰ ਸਿੰਘ ਉਗਰਾਹਾਂ ਨੇ, ਉਹ ਕਹਿੰਦੇ ਜੀ ਹੁਣ ਤੁਸੀਂ MSP ਦੇ ਮੁਤਾਬਕ ਮੂੰਗੀ ਦਾ ਭਾਅ ਕਰਤਾ 8682 ਰੁਪਏ ਕੁਇੰਟਲ, ਪਰ ਇਹਨੂੰ ਮੰਡੀ ਦੇ ਵਿੱਚ ਖਰੀਦੂ ਕੌਣ? ਜਾਂ ਤਾਂ ਤੁਸੀਂ ਪ੍ਰੈਕਟੀਕਲ ਤੌਰ ਤੇ ਦੱਸੋ ਵੀ ਭਾਈ 8682 ਰੁਪਏ ਭਾਅ ਕਰਤਾ, ਹੁਣੇ ਖਰੀਦੀ ਜਾਊਗੀ 8682 ਰੁਪਏ ਕੁਇੰਟਲ, ਪਰ ਇੱਥੇ ਤਾਂ 4,000 ਨੂੰ ਖਰੀਦੀ ਜਾਂਦੀ ਹੈ। ਮੱਕੀ ਵੀ ਐਂ ਹੁੰਦੀ ਹੈ, ਬਾਕੀ ਫਸਲਾਂ ਵੀ ਇਵੇਂ ਹੀ ਆ। ਉਹ ਕਹਿੰਦੇ MSP ਗਰੰਟੀ ਕਾਨੂੰਨ ਬਣਾਉਣ ਦੀ ਲੋੜ ਆ, ਕੱਲੇ ਵਾਧੇ ਦੀ ਲੋੜ ਨਹੀਂ ਹੈ ਜੀ। ਜੀ ਬਿਲਕੁਲ ਸਹੀ। ਸੋ ਖੈਰ, ਬਹੁਤ ਬਹੁਤ ਸ਼ੁਕਰੀਆ ਸਰ, ਅੱਜ ਲਈ ਇੰਨਾ ਹੀ ਜੀ, ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ, ਮਿਹਰਬਾਨੀ ਮਿਹਰਬਾਨੀ ਜੀ।